ਹਾਂਜੀ ਗੁਰੂ ਸਟੱਡੀ ਪੁਆਇੰਟ ਤੇ ਆਪਜੀ ਦਾ ਸਵਾਗਤ ਹੈ ਜੀ ਸੋ ਦੋਸਤੋ ਪੀਐਸ ਟੈਟ 2022-23 ਦੇ ਨਾਲ ਸੰਬੰਧਿਤ ਗੱਲਬਾਤ ਕਰਾਂਗੇ ਸੋ ਅ ਅੱਜ 23 ਅਕਤੂਬਰ 2022 ਹੈ ਸੋ ਕੱਲ ਨੂੰ 24 ਅਕਤੂਬਰ ਨੂੰ ਦੀਵਾਲੀ ਹੈ ਜੀ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਸਾਰੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਇਹ ਦੀਵਾਲੀ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਸੋ ਪੀਐਸ ਟੈਟ 2022 ਦਾ ਜਿਹੜਾ ਹੈਗਾ ਦਸੰਬਰ ਦੇ ਦੂਜੇ ਹਫ਼ਤੇ ਹੋਣ ਜਾ ਰਿਹਾ ਇਹ ਤੁਹਾਨੂੰ ਕਲੀਅਰ ਹੋ ਗਿਆ ਜੇ ਦੂਜੇ ਹਫਤੇ ਨਾ ਹੋਇਆ ਤਾਂ ਤੀਜੇ ਹਫਤੇ ਤਾਂ ਹੋ ਹੀ ਜਾਣਾ ਮਤਲਬ ਕਹਿ ਸਕਦੇ ਆਂ ਵੀ ਦਸੰਬਰ ਦੇ ਵਿੱਚ ਇਹ ਪੇਪਰ ਹੋ ਜਾਣਾ ਜੀ ਸੋ ਇਹਦੀ ਤਿਆਰੀ ਕਿਵੇਂ ਕੀਤੀ ਜਾਵੇ ਘਰ ਬੈਠ ਕੇ ਤਿਆਰੀ ਕਿਵੇਂ ਕਰੂੰ ਗਰੰਟੀ ਨਾਲ ਤਿਆਰੀ ਕਿਵੇਂ ਕਰੂੰ ਇਹਦੇ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ ਜਿਹੜੇ ਪੀਐਸਟੈਟ ਦਾ ਪੇਪਰ ਦੇਣਾ ਚਾਹੁੰਦੇ ਨੇ ਕੈਂਡੀਡੇਟ ਉਹ ਕਈ ਵਾਰ ਇਸ ਗੱਲਬਾਤ ਚ ਕਨਫਿਊਜ਼ ਹੋਏ ਰਹਿੰਦੇ ਨੇ ਵੀ ਉਹ ਕਿੱਥੋਂ ਸ਼ੁਰੂ ਕਰਨ ਤਿਆਰੀ ਕਿਵੇਂ ਸ਼ੁਰੂ ਕਰਨ ਤਾ ਜੋ ਪੀਐਸ ਟੈਟ ਦਾ ਜਿਹੜਾ ਪੇਪਰ ਹੈ ਚਾਹੇ ਉਹ 1 ਦਾ ਪੇਪਰ ਹੈ ਈਟੀਟੀ ਨਾਲ ਸੰਬੰਧਿਤ ਚਾਹੇ ਉਹ ਪੀਐਡ ਦੇ ਨਾਲ ਸੰਬੰਧਿਤ ਹੈਗਾ ਸੈਕੰਡ ਪੇਪਰ ਵੀ ਉਹ ਪਾਸ ਕਿਵੇਂ ਹੋਵੇ ਸੋ ਦੋਸਤੋ ਇਹ ਤੁਸੀਂ ਪਹਿਲਾਂ ਹੀ ਜਾਣਦੇ ਹੋ ਵੀ ਪੰਜਾਬ ਸਰਕਾਰ ਸਮੇਂ-ਸਮੇਂ ਤੇ ਪੋਸਟਾਂ ਕੱਢ ਰਹੀ ਹੈ ਚਾਹੇ ਮਾਸਟਰ ਕੇਡਰ ਦੀਆਂ ਹੋਣ ਚਾਹੇ ਈਟੀਟੀ ਕਾਡਰ ਦੀਆਂ ਪ੍ਰਾਇਮਰੀ ਕਾਡਰ ਦੀਆਂ ਹੋਣ ਜਿਵੇਂ ਕਿ ਹੁਣ 9894 ਪੋਸਟਾਂ ਦਾ ਨੋਟੀਫਿਕੇਸ਼ਨ ਹੋਇਆ ਹੀ ਹੋਇਆ ਹੈ ਇੱਥੇ ਇਹ ਵੀ ਗਰੰਟੀ ਨਾਲ ਤੁਹਾਨੂੰ ਕਹਿੰਦੇ ਆ ਵੀ 9894 ਪੋਸਟਾਂ ਦਾ ਜਿਹੜਾ ਸਕ੍ਰੀਨਿੰਗ ਟੈਸਟ ਹੈ ਉਹ ਫੇਰ ਹੋਊਗਾ ਜਦੋਂ ਪੀਐਸ ਟੈਟ ਹੋ ਗਿਆ ਜੇਕਰ ਤੁਸੀਂ ETT ਕਾਡਰ ਵਾਲੇ PS TET ਦਾ ਪੇਪਰ ਪਾਸ ਕਰ ਲੈਨੇ ਹੋ ਤਾਂ ਤੁਸੀਂ 5894 ਪੋਸਟਾਂ ਦੇ ਵਿੱਚ ਅਪਲਾਈ ਕਰਨ ਦੇ ਲਈ ਐਲੀਜੀਬਲ ਹੋ ਜਾਮੋਗੇ ਸੋ ਜਿਨ੍ਹਾਂ ਨੇ ETT ਦਾ ਪਹਿਲਾ ਸਾਲ ਕਵਰ ਕਰ ਲਿਆ ਉਹ ਇਹ ਪੇਪਰ ਦੇ ਸਕਦੇ ਆ ਸੋ ਉਹਨਾਂ ਨੂੰ ਫਾਇਦਾ ਹੋਊਗਾ ਜਿਨ੍ਹਾਂ ਨੇ ETT ਕੰਪਲੀਟ ਕੀਤੀ ਹੋਈ ਆ ਉਹ ਤਾਂ ਦੇਣਗੇ ਹੀ ਦੇਣਗੇ ਪੇਪਰ ਨੂੰ ਸੋ ਜਿਨੇ BERT ਦਾ ਪਹਿਲਾ ਸੈਮੈਸਟਰ ਕਵਰ ਕਰਿਆ ਉਹ ਵੀ ਪੇਪਰ ਦੇ ਸਕਦੇ ਆ ਸੋ ਆਪਾਂ ਹੁਣ ਤੁਹਾਡੇ ਨਾਲ ਮੇਨ ਮੇਨ ਗੱਲ ਇਹ ਕਰੀਏ ਵੀ ਤੁਸੀਂ PS TET ਦਾ ਜਿਹੜਾ ਹੈਗਾ ਉਹਨੂੰ ਪਾਸ ਕਿਵੇਂ ਕਰ ਸਕਦੇ ਹੋ ਕਈ ਵਾਰ ਕੈਂਡੀਡੇਟ ਆ ਵੇਸਲੇ ਰਹਿੰਦੇ ਆ ਥੋੜੀ ਘੱਟ ਤਿਆਰੀ ਕਰਦੇ ਆ 2-4 ਨੰਬਰਾਂ ਦੇ ਪਿੱਛੇ ਰਹਿ ਜਾਂਦੇ ਆ ਤਾਂ ਉਹਨਾਂ ਦੇ ਕਈ ਸਾਲ ਖਰਾਬ ਹੋ ਜਾਂਦੇ ਆ ਤੇ ਪੋਸਟਾਂ ਲੰਘ ਜਾਂਦੀਆਂ ਨੇ ਸੋ ਜਦੋਂ ਇੱਕ ਵਾਰੀ ਪੋਸਟਾਂ ਲੰਘ ਗਈਆਂ ਤਾਂ ਫਿਰ ਦੋ ਤਿੰਨ ਸਾਲ ਐਵੇਂ ਹੀ ਲੰਘ ਜਾਂਦੇ ਨੇ ਖਰਾਬ ਹੋ ਜਾਂਦੇ ਨੇ ਸੋ ਪੀਐਸ ਟੈਟ ਪਾਸ ਕਰੋ 95-94 ਪੋਸਟਾਂ ਸਿਰ ਤੇ ਖੜੀਆਂ ਨੇ ਹੌਸਲਾ ਤੁਹਾਡੇ ਲਈ ਵੀ ਜਦੋਂ ਵੀ ਤੁਸੀਂ ਪੀਐਸ ਟੈਟ ਪਾਸ ਕਰ ਲਿਆ ਹੀਟੀਟੀ ਦਾ ਤਾਂ ਨਾਲ ਹੀ ਤੁਸੀਂ ਪੋਸਟਾਂ 'ਚ ਅਪਲਾਈ ਕਰੋਗੇ ਤੁਹਾਡੀ ਜੌਬ ਲੱਗੂਗੀ ਐ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਟੀਚਿੰਗ ਲਾਈਨ ਦੇ ਵਿੱਚ ਸੋ ਦੋਸਤੋ ਆਪਾਂ ਤੁਹਾਨੂੰ ਗੁਰੂ ਸਟਡੀ ਪੁਆਇੰਟ ਆਪਣਾ ਚੈਨਲ ਆ ਗੁਰੂ ਸਟਡੀ ਪੁਆਇੰਟ ਚੈਨਲ ਦੇ ਵੱਲੋਂ ਤੁਹਾਨੂੰ ਪੀਐਸਟੈਟ 1 ਤੇ ਪੀਐਸਟੈਟ 2 ਦੇ ਨਾਲ ਸੰਬੰਧਿਤ ਨੋਟਸ ਪ੍ਰੋਵਾਈਡ ਕਰਵਾਉਣੇ ਆ ਜੀ ਨੋਟਸ ਤੁਹਾਨੂੰ ਆਪਾਂ ਪੀਡੀਐਫ ਫਾਈਲਾਂ ਦੇ ਰੂਪ ਵਿੱਚ ਦਿੰਨੇ ਆ ਪੀਡੀਐਫ ਫਾਈਲਾਂ ਦੇਵਾਂਗੇ ਇਹਨਾਂ ਦੀ ਆ ਟਾਈਪ ਕੀਤੇ ਹੋਏ ਨੋਟਸ ਹੋਣਗੇ ਜੀ ਸ਼ਾਰਟ ਫੌਂਟ ਦੇ ਵਿੱਚ ਹੋਣਗੇ ਫੌਂਟ ਵੱਡਾ ਨਹੀਂ ਹੋਊਗਾ ਜਿਹਦੇ ਕਰਕੇ ਤੁਹਾਨੂੰ ਬਹੁਤ ਸਾਰੇ ਕੱਟ ਪੇਜ ਆ ਪ੍ਰਿੰਟ ਆਊਟ ਕੜਵਾਉਣ ਦੀ ਕੜਵਾਉਣੇ ਪੈਣਗੇ ਜਿਆਦਾ ਪੇਜ ਨਹੀਂ ਹੋਣਗੇ ਕਿਉਂਕਿ ਫੌਂਟ ਫੌਂਟ ਹੈ ਬਹੁਤ ਟਾਈਪ ਕੀਤੇ ਹੋਏ ਨੇ ਛੋਟੇ ਨੇਗੇ ਜੇਕਰ ਆਪਾਂ ਵੱਡੇ ਫੌਂਟ ਚ ਆਪਾਂ ਲਿਖਤੀ ਹੁੰਦੇ ਆਗੇ ਤਾਂ ਵੱਡੇ ਫੌਂਟ ਹੁੰਦੇ ਆ ਤਾਂ ਪੇਜ ਬਹੁਤ ਜਿਆਦਾ ਕੜਾਉਣੇ ਪੈਂਦੇ ਆ ਦੋਨੇ ਤਰ੍ਹਾਂ ਦੇ ਤੁਸੀਂ ਨੋਟਸ ਸਾਡੇ ਤੋਂ ਲੈ ਸਕਦੇ ਹੋ ਜੇਕਰ ਤੁਸੀਂ ਪੀਐਸਟੈਟ 1 ਦੇ ਵਿਦਿਆਰਥੀ ਹੋ ਤਾਂ ਵੀ ਤੁਹਾਨੂੰ ਨੋਟਸ ਪ੍ਰੋਵਾਈਡ ਕਰਵਾਵਾਂਗੇ ਅਸੀਂ ਜੇਕਰ ਪੀਐਸਟੈਟ 2 ਐਸਐਸਟੀ ਕੰਬੀਨੇਸ਼ਨ ਦੇ ਨਾਲ ਸੰਬੰਧਤ ਹੋ ਤਾਂ ਵੀ ਤੁਹਾਨੂੰ ਨੋਟਸ ਮਿਲ ਜਾਣਗੇ ਸੋ 600 ਰੁਪਿਆ ਰੱਖੀ ਹੋਈ ਆ ਜੀ ਫੀਸ ਆਪਾਂ ਇਹਨਾਂ ਨੋਟਸਾਂ ਦੀ 600 ਰੁਪਏ ਦੇ ਵਿੱਚ ਤੁਸੀਂ ਇਹ ਨੋਟਸ ਲੈ ਸਕਦੇ ਹੋ ਇੱਕ ਮਿੰਟ ਪੇਟ ਹਾਂਜੀ ਸੋ ਇਹ ਨੋਟਸ ਤੁਹਾਨੂੰ ਪੀਡੀਐਫ ਫਾਰਮ ਦੇ ਵਿੱਚ ਤੁਹਾਡੇ ਵਟਸਐਪ ਨੰਬਰ ਤੇ ਭੇਜਾਂਗੇ ਤੁਹਾਨੂੰ ਇਹ ਪ੍ਰੋਵਾਈਡ ਕਿਵੇਂ ਕਰਵਾਵਾਂਗੇ ਵਟਸਐਪ ਨੰਬਰ ਤੇ ਤੁਹਾਡੇ ਤੇ ਅਸੀਂ ਸੈਂਡ ਕਰਾਂਗੇ ਜੀ ਇੱਥੋਂ ਤੁਹਾਨੂੰ ਇਹ ਹਾਰਡ ਕਾਪੀ ਨਹੀਂ ਮਿਲੂਗੀ ਪੀਡੀਐਫ ਫਾਈਲਾਂ ਭੇਜਾਂਗੇ ਸੋ ਇਹਨਾਂ ਦੀ ਪੇਮੈਂਟ ਤੁਸੀਂ ਸਾਨੂੰ ਪੇਮੈਂਟ ਕਰ ਸਕਦੇ ਹੋ 94 ਵਾਲੇ ਨੰਬਰ ਤੇ 94 ਇੱਕ ਮਿੰਟ ਪਤਾ ਕਲਰ ਚੇਂਜ ਕਰ ਲਈਏ ਹਾਂਜੀ ਸੋ ਜਿਹੜੀ ਤੁਸੀਂ ਪੇਮੈਂਟ ਕਰਨੀ ਆ ਉਹ ਸਾਨੂੰ ਤੁਸੀਂ 94 ਵਾਲੇ ਨੰਬਰ ਤੇ ਕਰਨੀ ਆ ਜੀ 94 645 94886 ਸੋ ਦੁਬਾਰੇ ਫੇਰ ਨੋਟਿਸ ਕਰ ਸਕਦੇ ਹੋ 94645 94886 ਆਪਾਂ ਤੁਹਾਨੂੰ ਲਿਖ ਕੇ ਵੀ ਨੰਬਰ ਦੇ ਦਾਂਗੇ ਇੱਥੇ ਜੀ ਸੋ ਇਹਦੇ ਵਿੱਚ ਲਿਖਿਆ ਜਾਊਗਾ ਸੋ ਇਹ ਤੇ ਤੁਸੀਂ Google Pay ਕਰ ਸਕਦੇ ਹੋ PhonePe ਕਰ ਸਕਦੇ ਹੋ Paytm ਰਾਹੀਂ Net Banking ਰਾਹੀਂ ਤੁਸੀਂ ਤੁਹਾਡੇ ਕੋਲੇ ਆਪਣੇ ਕੋਲੇ ਚੱਲਦਾ ਉਥੋਂ ਕਰੋ ਜੇ ਕਿਸੇ ਕੋਲੇ ਗਵਾਂਢੀ ਕੋਲੇ ਚੱਲਦਾ ਉਥੋਂ ਪੇਮੈਂਟ ਕਰਵਾ ਸਕਦੇ ਹੋ ਕਿਸੇ ਦੁਕਾਨ ਤੋਂ ਵੀ ਕਰਵਾ ਸਕਦੇ ਹੋ ਕਿਤੋਂ ਮਰਜ਼ੀ ਇਹ ਪੇਮੈਂਟ ਕਰਵਾ ਸਕਦੇ ਹੋ ਇਹਦਾ ਸਕਰੀਨ ਸ਼ਾਟ ਸਾਨੂੰ ਭੇਜਣਾ ਹੈ ਤੁਸੀਂ ਸਕਰੀਨ ਸ਼ਾਟ ਇਸੇ ਨੰਬਰ ਤੇ ਵੀ ਭੇਜ ਸਕਦੇ ਹੋ 9464594886 ਤੇ ਤੁਸੀਂ ਇਸ ਨੰਬਰ ਤੇ 88 ਵਾਲੇ ਤੇ ਵੀ ਭੇਜ ਸਕਦੇ ਹੋ 88474 70007 ਇੱਥੇ ਆਪਾਂ ਲਿਖ ਕੇ ਵੀ ਦਿੱਤਾ ਹੋਇਆ ਹੈ ਇਹ ਸੋ ਇਸ ਨੰਬਰ ਤੇ ਵੀ ਤੁਸੀਂ ਇਹਦੀ ਜਿਹੜਾ ਹੈਗਾ ਸਕਰੀਨਸ਼ਾਟ ਭੇਜ ਸਕਦੇ ਹੋ ਜਦੋਂ ਤੁਹਾਡੀ ਪੇਮੈਂਟ ਕੀਤੀ ਹੋਈ ਦਾ ਸਕਰੀਨਸ਼ਾਟ ਸਾਨੂੰ ਮਿਲ ਗਿਆ ਅਸੀਂ ਤੁਹਾਨੂੰ ਨੋਟਸ ਹੈ ਜਿਹੜੇ ਉਹ ਸੈਂਡ ਕਰ ਦੇਵਾਂਗੇ ਸੋ ਮੇਨ ਗੱਲ ਜਿਹੜੀ ਆਪਾਂ ਤੁਹਾਨੂੰ ਦੱਸਣੀ ਸੀ ਵੀ ਹੁਣ ਦੀਵਾਲੀ ਦਾ ਦਿਨ ਹੈਗਾ ਅੱਜ 23 ਤਰੀਕ ਹੈ 23 ਅਕਤੂਬਰ ਹੈ ਕੱਲ ਨੂੰ 24 ਅਕਤੂਬਰ ਦੇ ਦਿਨ ਦੀਵਾਲੀ ਹੈ ਜੇਕਰ ਤੁਸੀਂ ਇਹ ਦੋ ਦਿਨਾਂ ਦੇ ਵਿੱਚ ਨੋਟਸ ਖਰੀਦ ਦਿਓ ਦੀਵਾਲੀ ਦੇ ਦਿਨਾਂ ਦੇ ਵਿੱਚ ਦੀਵਾਲੀ ਦੀ ਸ਼ਾਮ ਤੱਕ ਤਾਂ ਤੁਹਾਨੂੰ ਨੋਟਸ ਇਹ ਦੋਨੇ ਤਰ੍ਹਾਂ ਦੇ 500 ਰੁਪਏ ਦੇ ਵਿੱਚ ਮਿਲਣਗੇ ਜੀ 100 ਰੁਪਿਆ ਤੁਹਾਨੂੰ ਦੀਵਾਲੀ ਤੇ ਲੈਸ ਹੋਊਗਾ ਛੋਟ ਹੋਊਗੀ ਸੋ ਤੁਸੀਂ ਇਹਦਾ ਬੈਨੀਫਿਟ ਲੈ ਸਕਦੇ ਹੋ ਜੇਕਰ ਦੀਵਾਲੀ ਦਾ ਦਿਨ ਲੰਘ ਜਾਂਦਾ ਤਾਂ ਫਿਰ ਨੋਟਸ ਤੁਹਾਨੂੰ 600 ਰੁਪਏ ਦੇ ਵਿੱਚ ਹੀ ਮਿਲਣਗੇ ਆਪਾਂ ਪਹਿਲਾਂ ਹੀ ਬਹੁਤ ਘੱਟ ਕੋਸਟ ਰੱਖੀ ਹੋਈ ਆ ਅਦਰ ਅਕੈਡਮੀਜ਼ ਨੇ ਜਿਹੜੀਆਂ ਨਾਮਵਰ ਅਕੈਡਮੀਜ਼ ਨੇ ਇਹ ਹੀ ਨੋਟਸ ਤੁਹਾਨੂੰ 5000 ਤੋਂ 6000 ਰੁਪਏ ਦੇ ਵਿੱਚ ਦੇਣਗੇ ਤੇ ਪਾਈ ਗਰੰਟੀ ਨਾਲ ਪਾਸ ਕਰਨ ਦੀ ਗੱਲ ਕਿਉਂ ਕਹਿ ਸਕਦੇ ਆ ਕਿਉਂਕਿ ਪਿਛਲੇ ਸਾਲਾਂ ਚ ਵੀ ਸਾਡੇ ਨੋਟਸ ਨੇ ਜਿਹੜੇ ਜਿਹੜੇ ਸਟੂਡੈਂਟ ਨੇ ਵਧੀਆ ਤਰੀਕੇ ਨਾਲ ਪੜ੍ਹੇ ਤਾਂ ਉਹ 100% ਵਧੀਆ ਨੰਬਰ ਲੈ ਕੇ ਪਾਸ ਹੋਏ ਦੀ ਤੇ ਆਪਾਂ ਆਪਣੇ ਚੈਨਲ ਗੁਰੂ ਸਟਡੀ ਪੁਆਇੰਟ ਤੇ ਵੀ ਕੰਟੀਨਿਊਸ ਤਿਆਰੀ ਕਰਵਾ ਰਹੇ ਆ ਆਪਣੇ ਫ੍ਰੀ WhatsApp ਗਰੁੱਪ ਵੀ ਹੈਗੇ ਨੇ ਆਪਾਂ ਤੁਸੀ ਇਸ ਨੰਬਰ ਤੇ ਜਿਹੜਾ ਹੈਗਾ 88 ਵਾਲਾ ਨੰਬਰ ਹੈ ਉਹ ਤੇ ਸਾਨੂੰ PS TET ਦਾ ਲਿਖ ਕੇ ਭੇਜ ਸਕਦੇ ਹੋ ਵੀ ਸਾਨੂੰ ਗਰੁੱਪ ਚ ਐਡ ਕਰੋ ਆਪਾਂ ਤੁਹਾਨੂੰ ਲਿੰਕ ਭੇਜ ਦਾਂਗੇ ਤੁਸੀਂ ਉਹਦੇ ਵਿੱਚ ਐਡ ਹੋ ਜਿਓ ਸੋ ਆਪਾਂ ਹੁਣ ਤੁਹਾਨੂੰ ਪੀਐਸਟੈਟ ਦੀ ਤਿਆਰੀ ਵਾਸਤੇ ਦੋ ਤਿੰਨ ਗੱਲਾਂ ਦੱਸਤੀਆਂ ਇੱਕ ਤਾਂ ਤੁਸੀਂ ਸਾਡੇ ਫ੍ਰੀ ਵਟਸਐਪ ਗਰੁੱਪ ਦੇ ਵਿੱਚ ਐਡ ਹੋ ਸਕਦੇ ਹੋ ਆਪਣੇ ਚੈਨਲ ਵੱਲੋਂ ਡੇਲੀ ਲੈਕਚਰ ਲਾਏ ਜਾਂਦੇ ਆ ਉਹ ਤੁਹਾਨੂੰ ਸੈਂਡ ਕੀਤੇ ਜਾਣਗੇ ਡੇਲੀ ਤੇ ਇੱਕ ਤੁਸੀਂ ਸਾਡੇ ਨੋਟਸ ਪ੍ਰਾਪਤ ਕਰ ਸਕਦੇ ਹੋ ਟਾਈਪ ਕੀਤੇ ਹੋਏ ਨੋਟਸ ਹੋਣਗੇ ਦੀਵਾਲੀ ਦੇ ਦਿਨ ਤੇ ਤੁਹਾਨੂੰ ਔਫ ਹੈ 500 ਰੁਪਿਆ ਔਫ ਹੈ ਜੀ 500 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਦੋਨੇ ਤਰ੍ਹਾਂ ਦੇ ਨੋਟਸ ਚਾਹੇ ਤੁਸੀਂ ਐਨਟੀਟੀ ਦੇ ਨੋਟਸ ਲੈਣੇ ਹੋਣ ਤਾਂ ਵੀ ਤੁਹਾਨੂੰ 500 ਰੁਪਏ ਦੇ ਵਿੱਚ ਮਿਲ ਜਾਣਗੇ ਦਿਵਾਲੀ ਦੇ ਦਿਨ ਤੇ ਛੇਕਰ ਤੁਸੀਂ ਦਿਵਾਲੀ ਦੇ ਦਿਨ ਤੋਂ ਬਾਅਦ ਨੋਟਸ ਖਰੀਦਦੇ ਹੋ ਤਾਂ ਸਾਰੇ ਤਰ੍ਹਾਂ ਦੇ ਨੋਟਸ ਨੇ ਚਾਹੇ ਉਹ ਐਨਟੀਟੀ ਦੇ ਨੇ ਚਾਹੇ ਉਹ ਪੀਜਾ ਪੀਐਸਟੈਟ 1 ਦੇ ਨੇ ਚਾਹੇ ਪੀਐਸਟੈਟ 2 ਦੇ ਨੇ ਸੋ ਸਟਾਈਪ ਕੀਤੇ ਹੋਏ ਨੋਟਸ ਤੁਹਾਨੂੰ ਮਿਲਣਗੇ 600 ਰੁਪਏ ਦੇ ਵਿੱਚ ਤੁਸੀਂ ਪੇਮੈਂਟ ਕਿਹੜੇ ਨੰਬਰ ਤੇ ਕਰਨੀ ਹੈ ਦੁਬਾਰੇ ਨੋਟ ਕਰ ਸਕਦੇ ਹੋ 94 645 94 800 86 ਇਸ ਨੰਬਰ ਤੇ ਪੇਮੈਂਟ ਕਰਨੀ ਹੈ Google Pay PhonePe Paytm ਜੋ ਮਰਜੀ ਕਰੋ ਉਹਦਾ ਸਕਰੀਨਸ਼ਾਟ ਭੇਜੋ ਆਪਾਂ ਤੁਹਾਨੂੰ ਨੋਟਸ ਸੈਂਡ ਕਰ ਦੇਵਾਂਗੇ ਲਾਸਟ ਦੇ ਵਿੱਚ ਤੁਹਾਨੂੰ ਫੇਰ ਨੰਬਰ ਬੋਲ ਕੇ ਦੱਸ ਰਹੇ ਹਾਂ 94645 94886 Google Pay PhonePe Paytm ਜੋ ਮਰਜੀ ਤਰੀਕੇ ਨਾਲ ਨੋਟਸ ਪ੍ਰਾਪਤ ਕਰ ਸਕਦੇ ਹੋ ਪੇਮੈਂਟ ਸੈਂਡ ਕਰਕੇ ਲਾਸਟ ਦੇ ਵਿੱਚ ਤੁਹਾਨੂੰ ਬੇਨਤੀ ਕਰਦੇ ਆਂ ਵੀ ਅੱਗੇ ਸ਼ੇਅਰ ਜ਼ਰੂਰ ਕਰਿਓ ਇੱਕ ਆਪਣੇ ਚੈਨਲ ਤੇ ਤੁਸੀਂ ਪੜਨਾ ਕਿਵੇਂ ਆ ਆਪਣੇ ਚੈਨਲ ਤੋਂ ਤੁਸੀਂ ਜੇਕਰ ਆਪਣੇ ਨਾਲ ਐਡ ਹੈਗੇ ਹੋ ਸਬਸਕ੍ਰਾਈਬ ਕੀਤਾ ਹੋਇਆ ਤੁਸੀਂ ਪੜਨਾ ਕਿਵੇਂ ਆ ਆਪਾਂ ਤੁਹਾਨੂੰ ਉਹ ਵੀ ਦੱਸ ਦਿੰਨੇ ਆਂ ਤਾਂ ਤੁਸੀਂ ਆਪਣਾ YouTube ਆ ਜਿਹੜਾ ਉਹ ਖੋਲ ਲਿਆ ਇੱਥੇ ਦੇਖ ਸਕਦੇ ਹੋ ਮੰਨ ਲਓ YouTube ਖੁੱਲ ਗਿਆ ਜੀ ਇਹ ਤੁਹਾਡਾ YouTube ਤੇ ਕਮਿਊਨਿਟੀ ਵੇਟ YouTube ਤੇ ਦੇਖੋ ਇੱਥੇ ਜਿਹੜਾ ਹੈਗਾ ਨਿਸ਼ਾਨ ਇਹ ਇਹਦਾ ਰੰਗ ਚੇਂਜ ਕਰਨਾ ਪਊਗਾ ਆਪਾਂ ਨੂੰ ਇੱਥੇ ਫੇਰ ਇੱਥੇ ਜਿਹੜਾ YouTube ਦਾ ਨਿਸ਼ਾਨ ਹੈਗਾ ਆਪਣਾ ਚੈਨਲ ਦਾ ਨਿਸ਼ਾਨ ਇੱਥੇ ਦੇ ਟੱਚ ਕਰ ਲੈਣਾ ਤੁਸੀਂ ਆਪਾਂ ਟੱਚ ਕਰਦੇ ਆਂ ਦੇਖਦੇ ਆਂ ਫਿਰ ਆਪਣਾ ਚੈਨਲ ਖੁੱਲੂਗਾ ਤੁਸੀਂ ਆਪਣਾ ਚੈਨਲ ਖੋਲ੍ਹ ਲਿਆ ਮੰਨ ਲਓ ਚੈਨਲ ਨੂੰ ਟੱਚ ਕਰਿਆ ਫ੍ਰੀਕੁਐਂਟ ਚੈਨਲ ਨੂੰ ਖੋਲ੍ਹ ਲਿਆ ਜੀ ਤੁਸੀਂ ਆਪਣਾ ਇਸ ਤਰ੍ਹਾਂ ਹੀ ਚੈਨਲ ਖੁੱਲ੍ਹ ਜਾਂਦਾ ਤੁਹਾਡੇ ਸਾਹਮਣੇ ਤਾਂ ਇੱਥੇ ਪਲੇਲਿਸਟਾਂ ਆ ਜਾਂਦੀਆਂ ਬੜੀਆਂ ਹੋਈਆਂ ਇਹ ਜਿਹੜਾ ਉੱਪਰ ਹੁੰਦਾ ਆਇਆ ਪਲੇਲਿਸਟ ਇਹਨੂੰ ਓਪਨ ਕਰਨਾ ਹੁੰਦਾ ਜੀ ਤੁਸੀਂ ਹੋਮ ਆ ਜਾਂਦਾ ਵੀਡੀਓ ਆ ਜਾਂਦਾ ਪਲੇਲਿਸਟ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਸੋ ਇਹ ਲੈਂਡਸਕੇਪ ਹੈ ਤਾਂ ਸਾਰੀਆਂ ਇੱਥੇ ਖੁੱਲ ਗਈਆਂ ਤੇ ਪਲੇਲਿਸਟ ਨੂੰ ਤੁਸੀਂ ਟੱਚ ਕਰਿਓ ਪਲੇਲਿਸਟ ਜਦੋਂ ਟੱਚ ਕਰੀ ਇੱਥੇ ਪਲੇਲਿਸਟ ਖੁੱਲ ਜੂਗੀ ਇਹਦੇ ਵਿੱਚ ਹੁਣ ਆਪਾਂ ਜਿਹੜਾ ਕੰਟੀਨਿਊ ਲੈਕਚਰ ਲਾ ਰਹੇ ਹਾਂ ਉਹਦੇ ਪੰਜ ਵੀਡੀਓ ਜੇ ਇੱਥੇ ਸਬਮਿਟ ਹੋ ਚੁੱਕੇ ਨੇ ਸੋ 22 23 ਦਾ ਤੇ ਇੱਥੇ ਜੀਕੇ ਦਾ ਵੀ ਤੁਸੀਂ ਕਰ ਸਕਦੇ ਹੋ ਐਂਟੀਟੀ ਸੀਡੀਪੀ ਦਾ ਜਿਹੜਾ ਹੈਗਾ 27 ਲੈਕਚਰ ਲੱਗੇ ਹੋਏ ਨੇ ਇਹ ਟੈਟ ਵਾਸਤੇ ਵੀ ਹੈਗਾ ਇਹ ਵੀ ਤੁਸੀਂ ਕਵਰ ਕਰ ਸਕਦੇ ਹੋ ਐਸਐਸਟੀ ਮਾਸਟਰ ਕੈਡਰ ਵਾਲੇ ਲੈਕਚਰ ਵੀ ਤੁਸੀਂ ਸੁਣ ਸਕਦੇ ਹੋ ਜੀ ਸੋ ਇੱਥੇ ਜਿਹੜਾ ਪੁਰਾਣੇ ਲੈਕਚਰ ਆਪਣੇ ਲੱਗੇ ਹੋਏ ਸੀ 35 ਵੀਡੀਓ ਨੇ ਇਹਦੇ ਵਿੱਚ ਸੋ ਪੀਐਸ ਟੈਟ 1 ਤੇ 2 ਦੇ ਨਾਲ ਸੰਬੰਧਿਤ ਸੀਡੀਪੀ ਦਾ ਪਿਛਲੇ ਸਾਲ ਵਾਲਾ ਜਿਹੜਾ ਹੈ ਤੁਸੀਂ ਸੁਣ ਸਕਦੇ ਹੋ ਜਿਹਦੇ ਵਿੱਚੋਂ ਪੀਐਸ ਟੈਟ 1 ਦੇ 28 ਪ੍ਰਸ਼ਨ ਆਏ ਸੀ ਆਪਣੇ ਕਰਵਾਏ ਹੋਏ ਸੋ ਮਤਲਬ ਬਹੁਤ ਵਧੀਆ ਮਹੱਤਵਪੂਰਨ ਹੈ ਤੁਹਾਡੇ ਲਈ ਇਹ ਸਾਰਾ ਤੁਸੀਂ ਪਲੇਲਿਸਟ ਨੂੰ ਖੋਲ ਸਕਦੇ ਹੋ ਮੰਨ ਲਓ ਤੁਸੀਂ ਇਹ ਹੀ ਪਲੇਲਿਸਟ ਖੋਲਣੀ ਹੈ ਤਾਂ ਸਾਰੇ ਲੈਕਚਰ ਖੁੱਲ ਜਾਣਗੇ ਇਹਨੂੰ ਟੱਚ ਕਰੋ ਇੱਥੇ ਇਹ ਸਾਰੇ ਲੈਕਚਰ ਖੁੱਲਗੇ ਕੰਟੀਨਿਊਸ ਕੰਟੀਨਿਊਸ ਖੁੱਲ ਜਾਂਦੇ ਆ 8 ਨੰਬਰ ਲੈਕਚਰ 9 ਨੰਬਰ ਲੈਕਚਰ ਹੈ ਨਾ ਇਸ ਤਰ੍ਹਾਂ ਸਾਰੇ ਖੁੱਲ ਜਾਂਦੇ ਆ ਇਹ ਤੁਸੀਂ ਇੱਥੋਂ ਇਹਨਾਂ ਨੂੰ ਪੜ ਸਕਦੇ ਹੋ ਚੈਨਲ ਤੇ ਜਾ ਕੇ ਐ ਪਲੇ ਪਲੇਲਿਸਟ ਖੋਲ ਕੇ ਸਾਰਾ ਪੜੋ ਜੀ ਤੁਹਾਡੀ ਬਹੁਤ ਵਧੀਆ ਤਰੀਕੇ ਨਾਲ ਤਿਆਰੀ ਹੋਊਗੀ ਹੁਣ ਆਪਾਂ ਕੰਟੀਨਿਊ ਜਿਹੜਾ ਫਰੈਸ਼ ਲੈਕਚਰ ਲਾ ਰਹੇ ਹਾਂ ਰੋਜ਼ ਡੇਲੀ ਲੈਕਚਰ ਲੈ ਕੇ ਆਉਣੇ ਆ ਸੀਡੀਪੀ ਦਾ ਇੱਕ ਲੈਕਚਰ ਤੇ ਹੁਣ ਐਸਐਸਟੀ ਦਾ ਵੀ ਸ਼ੁਰੂ ਕਰਾਂਗੇ ਆਪਾਂ ਦਿਵਾਲੀ ਦੇ ਦਿਨ ਤੋਂ ਸੋ ਉਹ ਵੀ ਲਾ ਸਕਦੇ ਹੋ ਤੁਸੀਂ ਲੈਕਚਰ ਤੇ ਇਹਨਾਂ ਨੂੰ ਕੰਟੀਨਿਊ ਕਵਰ ਕਰਦੇ ਰਹੋ ਤੁਹਾਡੀ ਤਿਆਰੀ ਵਧੀਆ ਹੋਊਗੀ ਨੋਟਸਾਂ ਲਈ ਸੰਪਰਕ ਕਰਿਓ ਨੋਟਸਾਂ ਲਈ ਪਤ ਤੁਹਾਨੂੰ ਨੰਬਰ ਫੇਰ ਲੋਡ ਕਰਾ ਦਿੰਦੇ ਆ ਜਿੱਤੇ ਪੇਮੈਂਟ ਕਰਨੀ ਹੈ 94645 94886 ਇਸ ਨੰਬਰ ਤੇ ਪੇਮੈਂਟ ਕਰਨੀ ਹੈ ਜੀ ਜਿਹੜਾ ਦੂਸਰਾ ਨੰਬਰ ਹੈ 88 ਵਾਲਾ ਉਹਤੇ ਤੁਸੀਂ ਮੈਸੇਜ ਕਰ ਸਕਦੇ ਹੋ 88 474 77 00777007 ਇਸ ਨੰਬਰ ਤੇ ਤੁਸੀਂ ਮੈਸੇਜ ਕਰਕੇ ਸਾਡੇ ਵਟਸਐਪ ਗਰੁੱਪ ਚ ਐਡ ਹੋ ਸਕਦੇ ਹੋ ਅਤੇ ਸਕਰੀਨਸ਼ਾਟ ਵੀ ਭੇਜ ਸਕਦੇ ਹੋ ਸੋ ਅੱਗੇ ਸ਼ੇਅਰ ਜਰੂਰ ਕਰਿਓ ਦੋਸਤਾਂ ਮਿੱਤਰਾਂ ਨੂੰ ਬਹੁਤ ਬਹੁਤ ਧੰਨਵਾਦ ਜੀ